ਨਾਲ ਨੇ ਗੱਲਬਾਤ ਸ਼ੁਰੂ ਕਰਦੇ ਆ ਜਸ ਬਾਈ ਜੇ ਮੈਂ ਜ਼ਿਕਰ ਕੀਤਾ ਕਿ ਇਤਿਹਾਸ ਚਾਹੇ ਤੁਹਾਡਾ ਜੀ ਨਾ ਕਰੇ ਇਤਿਹਾਸ ਆਪਣਾ ਸਾਰਿਆਂ ਦਾ ਇਹੋ ਜਿਹਾ ਉਹ ਖੁਦ ਤੁਹਾਡੇ ਚ ਬੋਲਣ ਲੱਗ ਜਾਂਦਾ ਸਭ ਤੋਂ ਪਹਿਲਾਂ ਜੀ ਜਿੰਨੇ ਮੈਨੂੰ ਦੇਖ ਰਹੇ ਆ ਮੇਰੀ ਮਾਵਾਂ ਦੀ ਉਮਰ ਦੇ ਮੇਰੇ ਬਜ਼ੁਰਗ ਦੀ ਉਮਰ ਦੇ ਮੇਰੇ ਬਾਪ ਦੀ ਉਮਰ ਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਜਿਵੇਂ ਕਿ ਤੁਸੀਂ ਕਿਹਾ ਕਿ ਸਾਰਿਆਂ ਨੇ ਪਹੁੰਚੇ ਆਪਣੇ ਕੰਮਾਂ ਕਾਰਾਂ ਵਿੱਚੋਂ ਕੱਢ ਕੇ ਇਹ ਕੋਈ ਕੰਮਾਂ ਕਾਰਾਂ ਦੇ ਵਿੱਚੋਂ ਕੱਢ ਕੇ ਪਹੁੰਚਣ ਦੀ ਕੋਈ ਖਾਸ ਜ਼ਿੰਮੇਵਾਰੀ ਨਹੀਂ ਸੀ ਇਹ ਸਾਡਾ ਫਰਜ਼ ਸੀ ਕਿ ਸਾਨੂੰ ਪਹੁੰਚਣਾ ਚਾਹੀਦਾ ਸੀ ਅਸੀਂ ਬਹੁਤ ਟਾਈਮ ਬਾਅਦ ਪਹੁੰਚੇ ਜੋ ਕਿ ਸਾਡੇ ਲਈ ਬਹੁਤ ਮਾੜੀ ਗੱਲ ਹੈ ਬਟ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੇਰੇ ਮਰਨ ਤੋਂ ਬਾਅਦ ਵੀ ਇਹ ਲੜਾਈਆਂ ਚੱਲਦੀਆਂ ਰਹਿਣੀਆਂ ਤੇ ਮੇਰੇ ਮਰਨ ਤੋਂ ਜੰਮਣ ਤੋਂ ਪਹਿਲਾਂ ਵੀ ਇਹ ਲੜਾਈਆਂ ਚੱਲਦੀਆਂ ਰਹੀਆਂ ਬਟ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਸਾਡੇ ਜੀਂਦੇ ਜੀ ਸਾਨੂੰ ਇੰਨਾ ਕੁਛ ਦੇਖਣ ਨੂੰ ਮਿਲਿਆ ਕਿ ਚਲੋ ਇਹ ਲੜਾਈਆਂ ਚੱਲਣੀਆਂ ਜਾਂ ਨਹੀਂ ਚੱਲਣੀਆਂ ਇਹ ਤਾਂ ਕੌਮ ਦੇ ਉੱਤੇ ਅਪ ਐਂਡ ਡਾਊਨ ਆਉਂਦੇ ਰਹਿਣੇ ਆ ਬਟ ਅਸੀਂ ਇਹ ਦੇਖਿਆ ਕਿ ਕਿ ਦੇਸ਼ ਦੇ ਲੋਕ ਕਿਵੇਂ ਇਕੱਠੇ ਹੋ ਕੇ ਇਹ ਸਾਰਾ ਕੁਛ ਕਰ ਰਹੇ ਅਸੀਂ ਬਹੁਤ ਖੁਸ਼ ਹਾਂ ਬਟ ਮੇਰੀ ਸਰਕਾਰ ਨੂੰ ਇੱਕੋ ਗੁਜ਼ਾਰਿਸ਼ ਆ ਕਿ ਜੋ ਵੀ ਕਿਸਾਨਾਂ ਦੀ ਸਾਡੇ ਬਜ਼ੁਰਗਾਂ ਦੀ ਸਾਡੀਆਂ ਮਾਵਾਂ ਦੀਆਂ ਜੋ ਵੀ ਬੇਨਤੀਆਂ ਕਿ ਉਹਨਾਂ ਨੂੰ ਪੂਰੀਆਂ ਕਰਨ ਸਾਡੀ ਇੱਕੋ ਰਿਕੁਐਸਟ ਆ ਮੇਰੇ ਸਾਰੇ ਭਰਾਵਾਂ ਦੀ ਇੱਕੋ ਰਿਕੁਐਸਟ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸ ਇਹ ਜਿਹੜੇ ਤੁਸੀਂ ਤਾਂ ਇੰਡਸਟਰੀ ਚ ਰਹਿੰਦੇ ਹੋ ਉੱਥੋਂ ਵਾਲੀ ਸਾਰੀ ਚ ਬੰਬੇ ਵਾਲਿਆਂ ਚ ਕੀ ਕਹਿਣਾ ਚਾਹੁੰਦੇ ਬੰਬੇ ਵਾਲਿਆਂ ਨੂੰ ਸਮਝਾ ਦਿਓ ਮਾੜਾ ਜਿਹਾ ਕੰਗਣਾ ਕੂਣਾ ਵਰਗਿਆਂ ਨੂੰ ਕੀ ਕਹਿਣਾ ਤੁਹਾਡਾ ਜੀ ਮੈਂ ਤਾਂ ਇੱਕ ਬਹੁਤ ਲਾਈਕ ਮੈਂ ਤਾਂ ਬਹੁਤ ਛੋਟਾ ਆਰਟਿਸਟ ਹਾਂ ਕਿ ਮਤਲਬ ਮੇਰਾ ਕੋਈ ਜਿੱਥੇ ਇੰਨੀ ਦੁਨੀਆ ਜਿੱਥੇ ਨਾ ਪੰਜਾਬ ਉਹਨਾਂ ਨੂੰ ਸਮਝਾ ਨਹੀਂ ਸਕਿਆ ਮੈਨੂੰ ਲੱਗਦਾ ਮੇਰੀ ਬੇਨਤੀ ਉੱਥੇ ਮੁਕੰਮਲ ਨਹੀਂ ਹੋਵੇਗੀ ਬਟ ਪਰਮਾਤਮਾ ਸਭ ਦੇਖਦਾ ਪਰਮਾਤਮਾ ਨੇ ਜੋ ਕਰਦਾ ਚੰਗੇ ਲਈ ਕਰਦਾ ਹੈ ਬਟ ਬਹੁਤ ਜਲਦੀ ਅਸੀਂ ਜਿੱਤ ਕੇ ਜਾਵਾਂਗੇ ਇੱਥੋਂ ਮੇਰੀ ਬਸ ਇਹੀ ਗੁਜ਼ਾਰਿਸ਼ ਹੈ ਸਾਰੇ ਪੰਜਾਬੀਆਂ ਨੂੰ ਡਟੇ ਰਹੋ ਤੇ ਜਿੰਨਾ ਮੇਰੇ ਕੋਲ ਹੋ ਸਕੂਗਾ ਮੈਂ ਇੱਥੇ ਹਾਜ਼ਰੀ ਲਵਾਉਂਦਾ ਰਹੂੰਗਾ ਥੈਂਕ ਯੂ ਸੋ ਮਚ ਇੱਕ ਗਾਣਾ ਮੈਂ ਜ਼ਰੂਰ ਕਹੂੰਗਾ ਜਿਹੜਾ ਤੁਹਾਨੂੂੰ ਲੱਗਦਾ ਹੈਗਾ ਅੱਜ ਅੰਦੋਲਨ ਨਾਲ ਜੁੜਿਆ ਹੈ ਜਾਂ ਪੰਜਾਬ ਨੂੰ ਜਗਾਉਣ ਵਾਲਾ ਜਿਹੜਾ ਵੀ ਤੁਹਾਨੂੰ ਲੱਗਦਾ ਗੀਤ ਕੋਈ ਨਵੀਆਂ ਲਾਈਨਾਂ ਲਿਖੀਆਂ ਹੋਣ ਕੋਈ ਪੁਰਾਣੀਆਂ ਹੋਣ ਜਿਹੜੀਆਂ ਗਾ ਸਕੋ ਬਸ ਇਹੀ ਲੈਣ ਗਾ ਦਿੰਦੇ ਜੀ ਉਹ ਖਿੱਚ ਲੈ ਜੱਟਾ ਖਿੱਚ ਤਿਆਰੀ ਹੋ ਪੇਚਾ ਪੈ ਗਿਆ ਸੈਂਟਰ ਨਾ ਖਿੱਚ ਲੈ ਜੱਟਾ ਖਿੱਚ ਤਿਆਰੀ ਹੋ ਧੰਨਵਾਦ ਤੁਹਾਡਾ ਬਾਈ ਜਾਣਾ ਚਾਹੁੰਦੇ ਹੋ ਜਸ ਤੁਹਾਨੂੰ ਫੋਲੋ ਬਹੁਤ ਕਰਦੇ ਨੇ ਤੁਹਾਡੇ ਫੈਨ ਨੇ ਨਵੇਂ ਮੁੰਡਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਇੱਥੇ ਆ ਰਹੇ ਨੇ ਇੱਥੇ ਕਿਵੇਂ ਰਹਿਣ ਤੇ ਉੱਥੋਂ ਵੱਡੇ ਪੱਧਰ ਤੇ ਆਉਣ ਮੈਂ ਵੀ ਪਿੱਛੋਂ ਇੱਕ ਕਿਸਾਨ ਦਾ ਹੀ ਮੁੰਡਾ ਆ ਤੇ ਜਦੋਂ ਮੈਂ ਇੱਥੇ ਆਇਆ ਮੈਂ ਪਹਿਲੀ ਵਾਰ ਇਸ ਧਰਨੇ ਤੇ ਆਇਆ ਤੇ ਮੇਰੇ ਨਾਲ ਵੀ ਬਹੁਤ ਜ਼ਿਆਦਾ ਛੋਟੀ ਛੋਟੀ ਉਮਰ ਦੇ ਇੱਥੇ ਬਹੁਤ ਜ਼ਿਆਦਾ ਘੁੰਮ ਰਹੇ ਨੇ ਤੇ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਜੋਸ਼ ਆਉਂਦਾ ਹੈ ਕਿ ਮੈਨੂੰ ਹਲੇ 2 ਸਾਲ ਹੀ ਹੋਇਆ ਇਸ ਇੰਡਸਟਰੀ 'ਚ ਆਏ ਨੂੰ ਤਾਂ ਪਹਿਲਾਂ ਮੈਂ ਵੀ ਪਿੰਡਾਂ ਵਿੱਚ ਕੰਮ ਹੀ ਕਰਦਾ ਸੀ ਤੇ ਬਹੁਤ ਖੁਸ਼ੀ ਹੈ ਕਿ ਮੈਂ ਬਸ ਇਹੀ ਕਹਿਣਾ ਚਾਹੁੰਦਾ ਜੇ ਮੈਂ ਇਸ ਲਾਈਨ ਦੇ ਵਿੱਚ ਨਾ ਹੁੰਦਾ ਇਸ ਪ੍ਰੋਫੈਸ਼ਨ ਦੇ ਨਾ ਹੁੰਦਾ ਤੇ ਮੈਂ ਵੀ ਨਾ ਸਾਰਿਆਂ ਦਾ ਹਿੱਸਾ ਹੁੰਦਾ ਤੇ ਮੈਂ ਡੇਲੀ ਹਫ਼ਤਾ ਹਫ਼ਤਾ 2-2 ਹਫ਼ਤੇ ਹਿੱਸਾ ਹੁੰਦਾ ਤੇ ਇੱਥੇ ਚਲੋ ਸਾਰਿਆਂ ਨੂੰ ਮੇਰੀ ਇੱਕੋ ਰਿਕੁਐਸਟ ਹੈ ਕਿ ਜਿੱਦਾਂ ਤੁਸੀਂ ਡਟੇ ਹੋ ਸਾਰੇ ਡਟੇ ਰਹੋ ਤੇ ਜੇ ਤਾਪਣੀ ਹੋਵੇਗੀ ਥੈਂਕ ਯੂ ਸੋ ਮਚ ਤੁਸੀਂ ਖੇਤੀਬਾੜੀ ਵਾਲੇ ਪਰਿਵਾਰ ਨਾਲ ਸੰਬੰਧਿਤ ਖੇਤੀ ਕਰਦੇ ਰਹੇ ਹੋ ਖੁਦ ਹਾਂਜੀ ਹਾਂਜੀ ਕਰਦੇ ਰਹੇ ਇਹ ਹੱਸਦਾ ਹੁੰਦਾ ਕਈ ਵਾਰੀ ਕਹਿੰਦਾ ਪਰਾਡਾ ਗਾਣਾ ਜਦੋਂ ਮੈਂ ਲਿਖਿਆ ਸੀਗਾ ਕਹਿੰਦਾ ਉਦੋਂ ਕੱਖ ਵੱਢ ਰਿਹਾ ਸੀਗਾ ਇਹ ਹੈਗੇ ਤਾਂ ਕਿਸਾਨ ਨੇ ਸਾਰੇ ਪਰ ਪਤਾ ਕੀ ਹੈ ਕਿਤੇ ਨਾ ਕਿਤੇ ਜਿਵੇਂ ਹੁਣ ਮੰਨ ਲਓ ਵੀ ਬੋਲ ਗਾਣਾ ਦੇਖਦੇ ਨੇ ਜਿਵੇਂ ਇੰਗਲੈਂਡ ਮਤਲਬ ਬਾਹਰ ਹੀ ਜੰਮੇ ਹੁੰਦਾ ਹਾਂਜੀ ਹਾਂਜੀ ਕੰਮ ਪੱਠੇ ਵੱਢਦੇ ਹੋਰ ਗਾਣੇ ਬਾਈ ਦੇ ਬੌਸ ਪਰਾਡਾ ਦੇਖ ਕੇ ਲੱਗਦਾ ਜਸ ਬਾਜਵਾ ਖੇਤੀਬਾੜੀ ਵਾਲੇ ਪਰਿਵਾਰ ਚੋਂ ਤੇ ਅੱਜ ਖੜਾ ਹੈਗਾ ਇੱਕ ਠੋਕ ਕੇ ਕਹਿੰਦਾ ਨਾਲ ਖੜੇ ਆਂਗੇ ਜੋ ਮਰਜ਼ੀ ਕਹੂਗੀ ਕਿਸਾਨ ਜਥੇਬੰਦੀਆਂ ਜੋ ਮਰਜ਼ੀ ਲਹਿਰ ਕਹੂੰਗੀ ਨਾਲ ਖੜੇ ਹੋਗੇ ਹਾਂਜੀ ਪੂਰੇ ਜੀ ਪੂਰੇ ਨਾਲ ਖੜੇ ਇੱਕ ਵਾਰ ਦੱਸ ਦੋ ਉਹਨਾਂ ਮੁੰਡਿਆਂ ਨੂੰ ਜਿਹੜੇ ਹੋਰ ਆਉਣਾ ਚਾਹੁੰਦੇ ਨੇ ਔਰ ਤੁਸੀਂ ਆਏ ਹੋ ਇੱਥੇ ਮੇਰੇ ਮਾਹੌਲ ਕਿਹਾ ਹਲੇ ਤਾਂ ਮੇਰੇ ਪਿੰਡ ਦੇ ਵੀ ਕਈ ਮੇਰੇ ਨਾਲ ਦੇ ਪੜਦੇ ਆ ਜਿਹੜੇ ਉਹ ਵੀ ਇੱਥੇ ਹੀ ਆ ਇਹਦੇ ਵਿੱਚ ਆ ਤੇ ਮੈਂ ਤਾਂ ਉਹਨਾਂ ਨੂੰ ਹੁਣ ਕਰਦਾ ਫੋਨ ਕਿੱਧਰ ਅਸੀਂ ਇਕੱਠੇ ਹੁੰਨੇ ਆ ਸਾਰਿਆਂ ਨੇ ਤੇ ਬਹੁਤ ਖੁਸ਼ ਆ ਸਾਰਿਆਂ ਨੇ ਪਹੁੰਚੇ ਆ ਤੇ ਜਿੰਨੇ ਵੀ ਨੌਜਵਾਨ ਵੀਰ ਆ ਘਰਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਕੋਲ ਨਹੀਂ ਕੋਈ ਸਾਧਨ ਬਸ ਇਕੱਠੇ ਹੋ ਕੇ ਤੁਸੀਂ ਸਾਰਿਆਂ ਨੇ ਆਓ ਤੇ ਇਸ ਲਹਿਰ ਦਾ ਹਿੱਸਾ ਬਣੋ